ਉਹਨੂੰ ਵੇਚਦੇ ਜਾ ਕੇ ਤੁਸੀਂ ਅਸੀਂ ਤੱਕ ਕਿੰਨੇ ਕੰਮ ਕਰ ਲਏ ਤੁਹਾਂ ਵਾਲੇ ਭਾਜੀ ਦਸ ਕੇ ਦਿਨ ਹੀ ਹੋਏ ਐਵੇਂ ਤੁਹਾਨੂੰ ਝੂਠ ਨਹੀਂ ਮਾਰਦਾ ਸੱਚੀ ਗੱਲ ਮੈਨੂੰ ਦਸ ਦਿਨ ਹੀ ਹੋਏ ਆ ਨਹੀਂ ਠਾਣੇ ਫੋਨ ਕਰਨਾ ਨਹੀਂ ਕਰਨਾ ਇੱਕ ਕਿੱਥੇ ਆ ਆਸ ਘਰ ਸਾਡਾ ਆ ਉਹਨੂੰ ਘਰ ਛੱਡ ਕੇ ਆ ਤਾਰਾ ਕਿਹੜੇ ਵੱਡੀਆਂ ਸੀ ਭਾਜੀ ਮੈਂ ਵੱਡੀਆਂ ਇਕੱਠੀਆਂ ਕਿਹਨੇ ਕੀਤੀਆਂ ਸੀ ਭਾਜੀ ਇਹ ਵੀ ਨਾਲ ਹੀ ਇਹ ਨਾਲ ਹੀ ਇਹਨੂੰ ਇਕੱਠੀਆਂ ਕੀਤੀਆਂ ਵਾ ਇਹ ਘਰ ਚੱਲ ਗਏ ਇਹਨਾਂ ਨੇ ਹੱਥ ਧੋ ਲਏ ਆ ਭਾਜੀ ਤੂੰ ਹੱਥ ਵਿਖਾ ਇੱਕ ਮਿੰਟ ਬਾਸਕਟ ਲਾ ਕੇ ਫਿਰ ਇੱਥੇ ਬਾਸਕਟ ਮਿੰਟ ਤਾਂ ਫੋਨ ਕਰਦਾ ਸੀ ਇਹਨੂੰ ਮੈਂ ਭਾਈ ਆ ਦੇਖੋ ਇਹਨੇ ਇਕੱਠੀਆਂ ਕੀਤੀਆਂ ਤਾਰਾਂ ਸਾਰੀਆਂ ਤਾਰਾਂ ਰੱਖਾ ਕੇ ਤੇ ਗਾੜੀ ਰੱਖ ਤਾਰਾਂ ਨੂੰ ਤਾਰਾਂ ਅੱਗੇ ਰੱਖੋ ਇਹਨਾਂ ਦੇ ਜਿਹੜਾ ਤੇਲ ਟ੍ਰਾਂਸਫਾਰਮਰ ਦਾ ਗੱਡੇ ਕੌਣ ਕਰਦਾ ਨਹੀਂ ਨਹੀਂ ਇੱਕ ਗੁਛਾਈਆਂ ਟ੍ਰਾਂਸਫਾਰਮਰ ਜੋ ਤੇਲ ਕੱਢਿਆ ਇਹਨੇ ਆਪਣੇ ਆ ਦਾ ਹੀ ਉਹਨਾਂ ਦੀ ਆਵਾਜ਼ ਆਉਂਦਾ ਯਾਰ ਚੁੱਪ ਕਰ ਫਿਰ ਦੁਬਾਰਾ ਕੁਛ ਦੁਬਾਰਾ ਇੱਕ ਮਿੰਟ ਭਾਈ ਉਹਨੂੰ ਵੇਚਦੇ ਜਾ ਕੇ ਤੁਸੀਂ ਅਸੀਂ ਤੱਕ ਕਿੰਨੇ ਕੰਮ ਕਰ ਲਏ ਤੁਹਾਂ ਵਾਲੇ ਭਾਜੀ ਦਸ ਕੇ ਦਿਨ ਹੀ ਹੋਏ ਐਵੇਂ ਤੁਹਾਨੂੰ ਝੂਠ ਨਹੀਂ ਮਾਰਦਾ ਸੱਚੀ ਗੱਲ ਮੈਨੂੰ ਦਸ ਦਿਨ ਹੀ ਹੋਏ ਆ ਨਹੀਂ ਠਾਣੇ ਫੋਨ ਕਰਨਾ ਨਹੀਂ ਕਰਨਾ ਆਪਣਾ ਨਾਂ ਰਜਿੰਦਰ ਸਿੰਘ ਜੀ ਕਿਹੜਾ ਪਿੰਡ ਪਿੰਡ ਰਾਪੁਰ ਕੀ ਮਸਲਾ ਹੈ ਮਸਲਾ ਇਹੋ ਜੀ ਸਾਡਾ ਪਹਿਲੋਂ ਵੀ ਤੇਲ ਨਿਕਲਿਆ ਦੋ ਵਾਰਾਂ ਅਤੇ ਅਸੀਂ ਉਸਦੇ ਕਾਰਨ ਅਸੀਂ ਆਪਣੀ ਮੰਨ ਲਓ ਵੀ ਰਾਖੀ ਕਰਦੇ ਹਾਂ ਤਾਰਾਂ ਤੂਰਾਂ ਦੀ ਜਾਂ ਟ੍ਰਾਂਸਫਾਰਮ ਦੀ ਤਾਂ ਅਸੀਂ ਫਿਰ ਬੰਬੀ ਵੱਲ ਨੂੰ ਆਏ ਫਿਰ ਚਾਰ ਪੰਜ ਬੰਦੇ ਫੇਰਾ ਮਾਰਨ ਵਾਸਤੇ ਆਏ ਅਤੇ ਜਦੋਂ ਅਸੀਂ ਆਏ ਤਾਂ ਜਾਂਦੇ ਨੂੰ ਤਾਰਾਂ ਕੱਟੀਆਂ ਪਈਆਂ ਇਹਦੇ ਨਾਲ ਇਕੱਠੀਆਂ ਕਰਨ ਦਏ ਗੀ ਅਤੇ ਅਸੀਂ ਫੜਨ ਪਏ ਅਤੇ ਵਿੱਚੋਂ ਪੰਜ ਕੁ ਬੰਦੇ ਆ ਗਏ ਦੋ ਤਿੰਨ ਬੰਦੇ ਵਿੱਚੋਂ ਭੱਜ ਗਏ ਤਿੰਨ ਬੰਦਿਆਂ ਸਾਨੂੰ ਅਸੀਂ ਕਾਬੂ ਕਰ ਲਿਆ ਬੜੇ ਜ਼ੋਰ ਨਾਲ ਕੁਝ ਇਹਨਾਂ ਕੋਈ ਹੈਗੀਆਂ ਚੀਜ਼ਾਂ ਫਿਰ ਵੀ ਵਿੱਚੋਂ ਤਾਰਾਂ ਲੈ ਕੇ ਭੱਜ ਗਏ ਸਾਡੇ ਹੱਥ ਇੱਕ ਬੰਡਲ ਆਇਆ ਬਾਕੀ ਇਹਨਾਂ ਨੇ ਊਂ ਫੜ ਲਿਆ ਅਸੀਂ ਉੱਥੇ ਮੌਕੇ 'ਤੇ ਫਿਰ ਇਹਨੂੰ ਫੜ ਕੇ ਹਾਂ ਮੰਨ ਲਓ ਪੁੱਛਿਆ ਗਿਛਿਆ ਫਿਰ ਉਹਨਾਂ ਸਾਰਾ ਦੱਸਿਆ ਵੀ ਅਸੀਂ ਤਾਰਾਂ ਤੁਹਾਡੀਆਂ ਵੱਢੀਆਂ ਗੀ ਅਤੇ ਪਤਾ ਨਹੀਂ ਕੋਈ ਫਤਿਹਗੜ੍ਹ ਦਾ ਹੈਗਾ ਕੋਈ ਬੰਦਾ ਉਹ ਕਹਿੰਦੇ ਵੀ ਉਹਨੂੰ ਅਸੀਂ ਵੇਚਦੇ ਹਾਂ ਕੁਆੜੀਏ ਨੂੰ ਅਤੇ ਭੂਰੇ ਗੇੜਾ ਸਾਡਾ ਪਿੰਡ ਆ ਅਤੇ ਨਾਲ ਇੱਕ ਮੋਟਰਸਾਈਕਲ ਅਸੀਂ ਕਾਬੂ ਕਰ ਲਿਆ ਉਹਨਾਂ ਦਾ ਫਿਰ ਅਸੀਂ ਕਟਰ ਵੀ ਕੋਲ ਆ ਅਤੇ ਪੁਲਿਸ ਨੂੰ ਅਸੀਂ ਫੋਨ ਕਰਕੇ ਅਤੇ ਉਹਨਾਂ ਨੂੰ ਇਹ ਬੰਦੇ ਦੇ ਦਿੱਤੇ ਆ ਪਿੰਡ ਵਾਲਿਆਂ ਸਾਰਿਆਂ ਮੋਹਤਬਾਰ ਬੰਦਿਆਂ ਹੋ ਗਏ ਅਤੇ ਹੁਣ ਮੰਗ ਅਸੀਂ ਕਰਦੇ ਵੀ ਸਾਡਾ ਜਿਹੜਾ ਵੀ ਇਹਦੀ ਕੋਈ ਕਾਰਵਾਈ ਕੀਤੀ ਜਾਵੇ ਸਾਨੂੰ ਤਾਂ ਅਜੇ ਤੱਕ ਉਹ ਬੰਦੇ ਵੀ ਨਹੀਂ ਦਿਖਾਉਂਦੇ ਵੀ ਕਿੱਥੇ ਆ ਕਿੱਥੇ ਨਹੀਂ ਆ ਇਹ ਪੁੱਛਦੇ ਕਹਿੰਦੇ ਕੋਈ ਨਹੀਂ ਦਿਖਾ ਦਿੰਦੇ ਆ ਕੋਈ ਕਾਰਵਾਈ ਨਹੀਂ ਅਕਸਰ ਚੋਰੀਆਂ ਹੁੰਦੀਆਂ ਨੇ ਕਾਫੀ ਕਿਸਾਨਾਂ ਦਾ ਨੁਕਸਾਨ ਹੋ ਜਾਂਦਾ ਵਾ ਬਹੁਤ ਜ਼ਿਆਦਾ ਜੀ ਸਾਡੇ ਪੰਜ ਟ੍ਰਾਂਸਫਾਰਮਰ ਦਾ ਇੱਕੇ ਦਿਨ ਤੇਲ ਕੱਢਿਆ ਉਹਨਾਂ ਫਿਰ ਚੜਾਇਆ ਅਤੇ ਫਿਰ ਕੱਢ ਲਿਆ ਵਾ ਕਣਕ ਸਟਾਲ ਆ ਸਾਡਾ ਸੁੱਕ ਗਿਆ ਵਾ ਅਤੇ ਆਡਾ ਤਾਂ ਬੁਰਾ ਹਾਰ ਆ ਪਾਣੀ ਖੁਣੋ ਅਤੇ ਕੋਈ ਕਾਰਵਾਈ ਕਰਦਾ ਨਹੀਂ ਆ ਅਸੀਂ ਤਾਂ ਇਹੋ ਮੰਗ ਕਰਦੇ ਹਾਂ ਸਾਰੇ ਕਿਸਾਨ ਭਰਾ ਵੀ ਇਹਨਾਂ ਦੇ ਸੜਕ ਦੇ ਉੱਤੇ ਬਿਲਕੁਲ ਸੜਕ ਦੇ ਉੱਤੋਂ ਤਾਰਾਂ ਵੱਡੀਆਂ ਹੁੰਦਾ ਇਹ ਵੀ ਨਹੀਂ ਕੋਈ ਆਸੇ ਪਾਸੇ ਆ ਮੇਰਾ ਨਾਮ ਮਨਜੀਤ ਸਿੰਘ ਬਾਠ ਆ ਪ੍ਰਧਾਨ ਸੰਯੁਕਤ ਕਿਸਾਨ ਭਲਾਈ ਸੰਸਥਾ ਇਨਾਲਾ ਸਾਡੇ ਇਲਾਕੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਟ੍ਰਾਂਸਫਾਰਮ ਦੇ ਤੇਲ ਚੋਰੀ ਹੋਣ ਦੀਆਂ ਅਤੇ ਤਾਰਾਂ ਕੱਟਣ ਦੀਆਂ ਬਹੁਤ ਜ਼ਿਆਦਾ ਵਾਰਦਾਤਾਂ ਹੋ ਰਹੀਆਂ ਨੇ ਕੱਲ੍ਹ ਰਾਤ ਫਿਰ ਇੱਕ ਵਾਰਦਾਤ ਹੋਈ ਆ ਪਿੰਡ ਰਾਜਪੁਰ ਵਿੱਚ ਜਿੱਥੇ ਕੁਝ ਕਿਸਾਨਾਂ ਨੇ ਮੌਕੇ 'ਤੇ ਉਹਨਾਂ ਲੋਕਾਂ ਨੂੰ ਫੜ ਲਿਆ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਉਹਨਾਂ 'ਚੋਂ ਕੁਝ ਬੰਦੇ ਜਿਹੜੇ ਆ ਉਹ ਭੱਜ ਗਏ ਸੀ ਔਰ ਪੁੱਛਗਿੱਛ ਦੇ ਦੌਰਾਨ ਜੋ ਉਹਨਾਂ ਨੇ ਕਿਸਾਨਾਂ ਨੂੰ ਦੱਸਿਆ ਆ ਕਿ ਅਸੀਂ ਇਹ ਜਿਹੜੀਆਂ ਚੀਜ਼ਾਂ ਆ ਇਹ ਜਿਹੜੀਆਂ ਤਾਰਾਂ ਆ ਅਸੀਂ ਫਤਿਹਗੜ੍ਹ ਚੂੜੀਆਂ ਦੇ ਕਿਸੇ ਕੁਆਰੀਏ ਨੂੰ ਵੇਚਦੇ ਹਾਂ ਔਰ ਰੋਜ਼ਾਨਾ ਹੀ ਤਕਰੀਬਨ 15 ਤੋਂ 20 ਹਜ਼ਾਰ ਦੀ ਅਸੀਂ ਚੋਰੀ ਕਰਕੇ ਉੱਥੇ ਵੇਚਦੇ ਹਾਂ ਅਸੀਂ ਰਾਤੀ ਇਹ ਜਿਹੜੇ ਬੰਦੇ ਸੀ ਸਾਡੇ ਕਿਸਾਨਾਂ ਨੇ ਪੁਲਿਸ ਨੂੰ ਦਿੱਤੇ ਨੇ ਅੱਜ ਅਸੀਂ ਐਸ ਐਚ ਓ ਨੂੰ ਪੁੱਛਣ ਆਏ ਹਾਂ ਕਿ ਇਹਨਾਂ 'ਤੇ ਕੀ ਕਾਰਵਾਈ ਕਰ ਰਹੇ ਜੇ ਅਤੇ ਜਿਹੜਾ ਕੁਆੜੀ ਉਹ 'ਤੇ ਤੁਸੀਂ ਕਿਹੜੀ ਕਾਰਵਾਈ ਕਰ ਰਹੇ ਜੇ ਅਗਰ ਪੁਲਿਸ ਪ੍ਰਸ਼ਾਸਨ ਇਹ ਕਾਰਵਾਈ ਨਹੀਂ ਕਰਦਾ ਤਾਂ ਬਾਕੀ ਫਿਰ ਬਾਅਦ 'ਚ ਅਸੀਂ ਆਪਣੀ ਅਗਲੀ ਕਾਰਵਾਈ ਕਰਾਂਗੇ ਕੀ ਕਰਨਾ ਆ ਇਸ ਕਰਕੇ ਅੱਜ ਅਸੀਂ ਇਹਨਾਂ ਨੂੰ ਪੁੱਛਣ ਹੀ ਆਏ ਹਾਂ ਕਿ ਤੁਸੀਂ ਹੁਣ ਤੱਕ ਕੀ ਕਾਰਵਾਈ ਕੀਤੀ ਆ ਪ੍ਰਸ਼ਾਸਨ ਨੂੰ ਕੀ ਮੰਗ ਕਰ ਰਹੇ ਦੇਖੋ ਪ੍ਰਸ਼ਾਸਨ ਦੀ ਇੱਕ ਜ਼ਿੰਮੇਵਾਰੀ ਬਣਦੀ ਆ ਕਿ ਜਿਹੜੇ ਚੋਰ ਨੇ ਇਹਨਾਂ ਨੂੰ ਨੱਥ ਪਾਓ ਅਤੇ ਜੇ ਇਹੋ ਇਹਨਾਂ ਨਾਲ ਲਿਹਾਜ਼ ਕਰੀ ਜਾਣਗੇ ਤਾਂ ਲੋਕਾਂ ਦਾ ਤਾਂ ਬੁਰਾ ਹਾਲ ਹੋ ਜਾਏਗਾ ਕਿਉਂਕਿ ਅੱਜ ਕੱਲ੍ਹ ਤੁਸੀਂ ਮੋਟਰਸਾਈਕਲ ਬਾਜ਼ਾਰ 'ਚ ਲੱਗ ਜਾਓ ਤਾਂ ਚੋਰੀ ਹੋ ਜਾਂਦਾ ਆ ਅਤੇ ਇਹ ਸਾਰੀਆਂ ਜਿਹੜੀਆਂ ਚੋਰੀ ਦੀਆਂ ਚੀਜ਼ਾਂ ਨੇ ਕੁਆੜੀਆਂ ਕੋਲ ਵਿਕਦੀਆਂ ਨੇ
ਕਵਾੜੀਆ ਜਿਹੜਾ ਦਿਨੋਂ ਦਿਨ ਅਮੀਰ ਹੋ ਰਿਹਾ ਅਤੇ ਜਿਹੜਾ ਕਿਸਾਨ ਹੈ ਜਿਹੜੇ ਆਮ ਲੋਕ ਗਰੀਬ ਹੋ ਰਹੇ ਨੇ। ਇਸ ਕਰਕੇ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਇਹਨਾਂ ਲੋਕਾਂ 'ਤੇ ਸਖਤੀ ਕਾਰਵਾਈ ਕੀਤੀ ਜਾਵੇ। ਕਿਹੜਾ ਪਿੰਡ ਹੈ? ਮੇਰਾ ਨਾਂ ਜੀ ਜਸਵਿੰਦਰ ਸਿੰਘ, ਪਿੰਡ ਰਾਜਪੁਰ ਖੁਰਦ। ਹਾਂਜੀ, ਕੀ ਮਾਮਲਾ ਹੈ ਜੀ? ਮਾਮਲਾ ਜੀ, ਰਾਤੀਂ ਚੋਰ ਜਿਹੜੇ ਆ ਉਹ ਆਪਾਂ ਫੜੇ ਆ ਅਤੇ ਤਾਰਾਂ ਚੋਰੀ ਕਰਨ ਰਿਹਾ ਸੀ। ਦੋਵਾਂ ਪਾਸੇ ਉਹਨਾਂ ਤਾਰਾਂ ਕੱਟ ਕੇ ਅਤੇ 2-2.5 ਕਿੱਲਿਆਂ ਦੀਆਂ ਤਾਰਾਂ ਜਿਹੜੀਆਂ ਮੇਨ ਆ ਸਿਲਵਰ ਦੀਆਂ ਉਹ ਕੱਟ ਲਈਆਂ ਉਹਨਾਂ ਨੇ। ਅਤੇ ਪਹਿਲਾਂ ਵੀ ਹਫ਼ਤਾ ਪਹਿਲਾਂ 2 ਵਾਰਾਂ ਤੇਲ ਲੱਗ ਗਿਆ ਇੱਕ ਹਫ਼ਤੇ ਦੇ ਵਿੱਚ ਅਤੇ ਸਾਡੇ ਪੱਠੇ ਸ਼ਟਾਲਾ ਕਣਕ ਸਭ ਸੁੱਕਣ ਡਏ ਆ। ਇਹਨਾਂ ਸਾਨੂੰ ਬਹੁਤ ਜ਼ਿਆਦਾ ਤੰਗ ਕੀਤਾ ਅਤੇ ਇਸ ਕਰਕੇ ਅਸੀਂ ਰਾਤ ਰਾਖੀ 2-3 ਗੇੜੇ ਮਾਰਦੇ ਹਾਂ। ਇਹ ਚੋਰ ਸਾਡੇ ਕਾਬੂ ਆ ਗਏ, ਅੱਧੇ ਭੱਜ ਗਏ, ਅੱਧੇ ਕਾਬੂ ਆ ਗਏ ਆ। ਇਹ ਚੋਰ ਹੁਣ ਮੰਨਦੇ ਆ ਵੀ ਅਸੀਂ ਕਵਾੜੀਏ ਨੂੰ ਫਤਿਹਗੜ੍ਹ ਖੋਖਰਾਂ ਦਾ ਕਵਾੜੀਆ ਆ ਅਤੇ ਫਤਿਹਗੜ੍ਹ ਦੀ ਦੁਕਾਨ ਆ, ਉਹਨੂੰ ਜਾ ਕੇ ਅਸੀਂ ਸਮਾਨ ਵੇਚਦੇ ਹਾਂ। ਅਤੇ ਸਾਡੀ ਇਹ ਬੇਨਤੀ ਆ ਵੀ ਇਹ ਜਿਹੜੇ ਲੈਣ ਵਾਲੇ ਆ ਇਹਨਾਂ 'ਤੇ ਵੀ ਉਸ ਤੋਂ ਵੱਧ ਕਾਰਵਾਈ ਹੋਣੀ ਚਾਹੀਦੀ ਆ ਅਤੇ ਇਹਨਾਂ ਨੂੰ ਅੰਦਰ ਘਲਣਾ ਚਾਹੀਦਾ। ਅਸੀਂ ਬਹੁਤ ਜ਼ਿਆਦਾ ਤੰਗ ਆ, ਨਾ ਸਾਡੀ ਕਿਤੇ ਮੁੜ ਕੇ ਬਿਜਲੀ ਘਰ ਸਮਾਈ ਹੁੰਦੀ ਆ, ਸਾਨੂੰ ਪੈਸੇ ਦੇ ਕੇ ਉੱਥੇ ਵੀ ਹਰ ਥਾਂ 'ਤੇ ਪੈਸਾ ਹੀ ਚੱਲਦਾ ਅਤੇ ਪੈਸੇ ਦੇ ਕੇ ਟਰਾਂਸਫਾਰਮ ਚੜਾਉਣੇ ਪੈਂਦੇ ਆ। ਅਤੇ ਇੱਥੇ ਆਈਏ ਇੱਥੇ ਵੀ ਕੋਈ ਸੁਣਵਾਈ ਨਹੀਂ ਹੁੰਦੀ, ਅਸੀਂ ਸਵੇਰ ਦੇ ਆਣ ਕੇ ਇੱਥੇ ਖੱਜਲ ਖਰਾਬ ਹੋਣ ਡਏ ਹਾਂ। ਅਤੇ ਇਹ ਕਰਕੇ ਬੇਨਤੀ ਆ ਵੀ ਇਹ ਸਾਰੇ ਮਹਿਕਮੇ ਨੂੰ, ਪ੍ਰਸ਼ਾਸਨ ਨੂੰ ਬੇਨਤੀ ਆ ਵੀ ਇਹ ਸੋਚੋ ਕਿਤੇ ਤੁਸੀਂ ਇਹ ਥਾਂ 'ਤੇ ਹੋ ਤਾਂ ਤੁਹਾਨੂੰ ਪਤਾ ਲੱਗ ਜੇ। ਫਿਰ ਆਉਂਦੇ ਵੀ ਚੋਰਾਂ ਨੂੰ ਕੋਈ ਤੁਸੀਂ ਗੱਲ ਵੀ ਨਹੀਂ ਕਰਨੀ, ਉਹਨਾਂ ਨੂੰ ਕੁਝ ਕਹਿਣਾ ਵੀ ਨਹੀਂ ਆ। ਜੇ ਚੋਰ ਰਾਤ ਨੂੰ ਫੜਨ ਵਾਲਿਆਂ ਨੂੰ ਮਾਰ ਜਾਣ ਤਾਂ ਕੋਈ ਗੱਲ ਨਹੀਂ, ਫਿਰ ਉਹਨਾਂ 'ਤੇ ਪਰਚਾ ਕੋਈ ਨਹੀਂ ਆਉਣਾ। ਜੇ ਕਿਤੇ ਫੜਨ ਵਾਲਿਆਂ ਨੇ ਉਹਨਾਂ ਨੂੰ ਮਾਰਤਾ ਤਾਂ ਉਹਨਾਂ 'ਤੇ ਪਰਚੇ ਹੋ ਜਾਣੇ। ਇਹ ਬੇਨਤੀ ਆ ਵੀ ਸਰਕਾਰ ਨੂੰ ਇਸ ਗੱਲ 'ਤੇ ਸੋਚਣਾ ਚਾਹੀਦਾ, ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਉਹਨਾਂ 'ਤੇ ਕੇਸ ਰਜਿਸਟਰ ਕਰ ਦਿੱਤਾ ਜੀ। ਕੇਸ ਰਜਿਸਟਰ ਕਰਨ ਤੋਂ ਬਾਅਦ ਉਹਨਾਂ ਨੂੰ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਅਤੇ ਉਹਨਾਂ ਦਾ ਰਿਮਾਂਡ ਲੈਣ ਰਹੇ ਹਾਂ ਆਪਾਂ 3 ਦਿਨ ਦਾ। ਉਹ ਤੋਂ ਬਾਅਦ ਅਗਲੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇਗੀ ਵੀ ਇਹਨਾਂ ਦੇ ਗੈਂਗ ਦੇ ਵਿੱਚ ਹੋਰ ਕੌਣ ਕੌਣ ਬੰਦੇ ਜਿਹੜੇ ਸ਼ਾਮਿਲ ਨੇ। ਅਤੇ ਸਰ, ਕੋਈ ਕਵਾੜੀਏ ਵੱਲੋਂ ਵੀ ਕਿਹਾ ਜਾ ਰਿਹਾ ਵੀ ਕਵਾੜੀਏ ਵੱਲੋਂ ਜਿਹੜੇ ਵੱਲੋਂ ਵੇਚਿਆ ਜਾਂਦਾ ਉਹ ਵੀ ਕਿਤੇ ਉਹਨਾਂ ਨੂੰ ਵੀ ਕੋਈ ਰੈਸਟ ਕਰਿਆ ਜਾਵੇ? ਇਹ ਤਾਂ ਅਜੇ ਕਿਸਾਨਾਂ ਵੱਲੋਂ ਆਰੋਪ ਆ ਨਾ, ਇਹ ਤਾਂ ਜਿੰਨੀ ਦੇਰ ਉਹਨਾਂ ਦੀ ਪੁੱਛਗਿੱਛ 'ਚ ਇਹ ਗੱਲ ਨਹੀਂ ਆਉਂਦੀ ਵੀ ਕਿਸ ਕਵਾੜੀਏ ਨੂੰ ਉਹਨਾਂ ਨੇ ਮਾਲ ਵੇਚਿਆ, ਅਤੇ ਇਹ ਬਾਅਦ ਦੇ ਵਿੱਚ ਰਿਮਾਂਡ ਲੈ ਕੇ ਪੁੱਛਗਿੱਛ ਕਰਕੇ ਫਿਰ ਅਗਲੀ ਗੱਲ ਕਲੀਅਰ ਕੀਤੀ ਜਾਏਗੀ।